ਕੁੱਲ ਨੂੰ ਆ ਕੇ ਚਾਣਕ ਲੱਗੀ ਲੱਭੀ ਏ। ਤੁਸੀਂ ਉਸ ਵੇਲੇ ਡੇਰੇ 'ਤੇ ਮੌਜੂਦ ਸੀਗੇ? ਨਹੀਂ, ਅਸੀਂ ਡੰਗਰਾਂ ਨਾਲ ਗਏ ਸੀ, ਲੜਕੀਆਂ ਮੌਜੂਦ ਸੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਸਾਨੂੰ ਲੜਕੀਆਂ ਨੇ ਨੰਬਰ ਲਾਇਆ, ਰੌਲਾ ਪੱਤਾ ਪਿਆ ਇੱਧਰ। ਨੁਕਸਾਨ ਕਿੰਨਾ ਕੁ ਹੋਇਆ ਤੁਹਾਡਾ ਜੀ? ਨੁਕਸਾਨ ਜੀ ਕੋ 8 ਲੱਖ ਦੇ ਗਹਿਣੇ ਸੀ, 2 ਲੱਖ ਰੁਪਈਆ ਨਗਦੀ ਸੀ, ਇੱਕ ਮੋਟਰਸਾਈਕਲ ਸੀ। ਸਾਰਾ ਮਫੀ ਤੁਹਾਡਾ ਕੁੱਲ ਜਿਹੜਾ ਸੜ ਕੇ ਜਿਹੜਾ ਸਵਾਹ ਹੋ ਗਿਆ? ਹਾਂ, ਉਹ ਕੱਪੜਾ ਭਾਂਡਾ ਅਤੇ ਉਹ ਤਾਂ ਸੜ ਕੇ, ਜਿਹੜਾ ਨਗਦੀ ਮਾਲ ਹੈ ਨਾ। ਕੋਈ ਅੱਗ ਬੁਝਾਉਣ ਵਾਲੀ ਕੋਈ ਗੱਡੀ ਗੁੱਡੀ ਕੋਈ ਤੁਸੀਂ ਕਿੱਥੇ ਨਾਲ ਸੰਪਰਕ ਕੀਤਾ? ਗੱਡੀ ਆਈ ਸੀ, ਪਾਣੀ ਵਾਲੀ ਗੱਡੀ ਵੀ ਆਈ। ਅੱਛਾ ਜੀ। ਹਾਂ, ਇਹ ਵਾਕਿਆ ਕਦੋਂ ਦਾ? ਦੁਪਹਿਰ ਦਾ? ਇਹ ਕੋਈ 2-3 ਵਜੇ ਦੀ ਗੱਲ ਹੈ। ਹੁਣ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ? ਸਰਕਾਰ ਨੂੰ ਇਹ ਮੰਗ ਕਰਦੇ ਹਾਂ ਵੀ ਗਰੀਬ ਆਦਮੀ ਆ, ਸਾਡੀ ਮਦਦ ਕੀਤੀ ਜਾਏ। ਕੋਈ ਡੰਗਰ ਡੁੰਗਰ ਹੈਗਾ ਸੀ ਉਸ ਵੇਲੇ ਮੌਜੂਦ? ਇੱਥੇ ਡੰਗਰ ਡੁੰਗਰ ਨਹੀਂ ਸੀ ਮੌਜੂਦ। ਹਾਂਜੀ, ਤੁਹਾਡਾ ਨਾਂ ਕੀ ਹੈ ਜੀ? ਸਾਡਾ ਨਾਮ ਜੁਲੇਖਾ। ਅਤੇ ਜਿਹੜੀ ਇਹ ਅੱਗ ਲੱਗੀ ਹੈਗੀ ਆ, ਤੁਹਾਨੂੰ ਪਤਾ ਕਿੱਦਾਂ ਲੱਗੀ ਆ ਜੀ? ਅਚਾਨਕ ਬੱਚੇ 2 ਸੁੱਤੇ ਸੀ ਅਤੇ ਮੈਂ ਇੱਥੋਂ ਪਾਣੀ ਲੈਣ ਨਲਕੇ ਤੋਂ ਪਾਣੀ ਭਰਨ ਡਈ ਸੀ ਅਤੇ ਮੁੜ ਕੇ ਇੱਧਰ ਵੇਖਿਆ ਅਤੇ ਕੁੱਲ ਨੂੰ ਅੱਗ ਲੱਗੀ ਆ। ਤੁਸੀਂ ਲੋਕਾਂ ਨੂੰ ਕੋਈ ਆਵਾਜ਼ਾਂ ਮਾਰੀਆਂ? ਅਸੀਂ ਰੌਲਾ ਤਾਂ ਬੜਾ ਪਾਇਆ। ਠੀਕ ਹੈ। ਆਹੋ, ਨੁਕਸਾਨ ਕਿੰਨਾ ਹੋਇਆ? ਨੁਕਸਾਨ 8 ਲੱਖ ਦੇ ਤਾਂ ਸਾਡੇ ਗਹਿਣੇ ਸੀ, 2 ਲੱਖ ਰੁਪਈਆ ਸਾਡਾ ਨਗਦ ਸੀ, ਬਾਕੀ ਲੀੜਾ ਕੱਪੜਾ ਤਾਂ ਸਾਡਾ ਕੋਈ ਨਹੀਂ ਬਚਿਆ। ਇੱਕ ਸਾਡਾ ਮੋਟਰਸਾਈਕਲ ਸੀ, ਉਹ ਕੋਈ 10 ਦਿਨ ਹੋਏ ਲਿਆਏ ਨੂੰ ਜੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਅਸੀਂ ਤਾਂ ਮੰਗ ਸਕਦੇ ਜੇ ਕੋਈ ਸਾਡੀ ਮਦਦ ਕਰ ਸਕੇ। ਕੁੱਲ ਨੂੰ ਆ ਕੇ ਚਾਣਕ ਲੱਗੀ ਲੱਭੀ ਏ। ਤੁਸੀਂ ਉਸ ਵੇਲੇ ਡੇਰੇ 'ਤੇ ਮੌਜੂਦ ਸੀਗੇ? ਨਹੀਂ, ਅਸੀਂ ਡੰਗਰਾਂ ਨਾਲ ਗਏ ਸੀ, ਲੜਕੀਆਂ ਮੌਜੂਦ ਸੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਸਾਨੂੰ ਲੜਕੀਆਂ ਨੇ ਨੰਬਰ ਲਾਇਆ, ਰੌਲਾ ਪੱਤਾ ਪਿਆ ਇੱਧਰ। ਨੁਕਸਾਨ ਕਿੰਨਾ ਕੁ ਹੋਇਆ ਤੁਹਾਡਾ ਜੀ? ਨੁਕਸਾਨ ਜੀ ਕੋ 8 ਲੱਖ ਦੇ ਗਹਿਣੇ ਸੀ, 2 ਲੱਖ ਰੁਪਈਆ ਨਗਦੀ ਸੀ, ਇੱਕ ਮੋਟਰਸਾਈਕਲ ਸੀ। ਸਾਰਾ ਮਫੀ ਤੁਹਾਡਾ ਕੁੱਲ ਜਿਹੜਾ ਸੜ ਕੇ ਜਿਹੜਾ ਸਵਾਹ ਹੋ ਗਿਆ? ਹਾਂ, ਉਹ ਕੱਪੜਾ ਭਾਂਡਾ ਅਤੇ ਉਹ ਤਾਂ ਸੜ ਕੇ, ਜਿਹੜਾ ਨਗਦੀ ਮਾਲ ਹੈ ਨਾ। ਕੋਈ ਅੱਗ ਬੁਝਾਉਣ ਵਾਲੀ ਕੋਈ ਗੱਡੀ ਗੁੱਡੀ ਕੋਈ ਤੁਸੀਂ ਕਿੱਥੇ ਨਾਲ ਸੰਪਰਕ ਕੀਤਾ? ਗੱਡੀ ਆਈ ਸੀ, ਪਾਣੀ ਵਾਲੀ ਗੱਡੀ ਵੀ ਆਈ। ਅੱਛਾ ਜੀ। ਹਾਂ, ਇਹ ਵਾਕਿਆ ਕਦੋਂ ਦਾ? ਦੁਪਹਿਰ ਦਾ? ਇਹ ਕੋਈ 2-3 ਵਜੇ ਦੀ ਗੱਲ ਹੈ। ਹੁਣ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ? ਸਰਕਾਰ ਨੂੰ ਇਹ ਮੰਗ ਕਰਦੇ ਹਾਂ ਵੀ ਗਰੀਬ ਆਦਮੀ ਆ, ਸਾਡੀ ਮਦਦ ਕੀਤੀ ਜਾਏ। ਕੋਈ ਡੰਗਰ ਡੁੰਗਰ ਹੈਗਾ ਸੀ ਉਸ ਵੇਲੇ ਮੌਜੂਦ? ਇੱਥੇ ਡੰਗਰ ਡੁੰਗਰ ਨਹੀਂ ਸੀ ਮੌਜੂਦ। ਹਾਂਜੀ, ਤੁਹਾਡਾ ਨਾਂ ਕੀ ਹੈ ਜੀ? ਸਾਡਾ ਨਾਮ ਜੁਲੇਖਾ। ਅਤੇ ਜਿਹੜੀ ਇਹ ਅੱਗ ਲੱਗੀ ਹੈਗੀ ਆ, ਤੁਹਾਨੂੰ ਪਤਾ ਕਿੱਦਾਂ ਲੱਗੀ ਹੈ ਜੀ? ਅਚਾਨਕ ਬੱਚੇ 2 ਸੁੱਤੇ ਸੀ ਅਤੇ ਮੈਂ ਇੱਥੋਂ ਪਾਣੀ ਲੈਣ ਨਲਕੇ ਤੋਂ ਪਾਣੀ ਭਰਨ ਡਈ ਸੀ ਅਤੇ ਮੁੜ ਕੇ ਇੱਧਰ ਵੇਖਿਆ ਅਤੇ ਕੁੱਲ ਨੂੰ ਅੱਗ ਲੱਗੀ ਆ। ਤੁਸੀਂ ਲੋਕਾਂ ਨੂੰ ਕੋਈ ਆਵਾਜ਼ਾਂ ਮਾਰੀਆਂ? ਅਸੀਂ ਰੌਲਾ ਤਾਂ ਬੜਾ ਪਾਇਆ। ਠੀਕ ਹੈ। ਆਹੋ, ਨੁਕਸਾਨ ਕਿੰਨਾ ਹੋਇਆ? ਨੁਕਸਾਨ 8 ਲੱਖ ਦੇ ਤਾਂ ਸਾਡੇ ਗਹਿਣੇ ਸੀ, 2 ਲੱਖ ਰੁਪਈਆ ਸਾਡਾ ਨਗਦ ਸੀ, ਬਾਕੀ ਲੀੜਾ ਕੱਪੜਾ ਤਾਂ ਸਾਡਾ ਕੋਈ ਨਹੀਂ ਬਚਿਆ। ਇੱਕ ਸਾਡਾ ਮੋਟਰਸਾਈਕਲ ਸੀ, ਉਹ ਕੋਈ 10 ਦਿਨ ਹੋਏ ਲਿਆਏ ਨੂੰ ਜੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਅਸੀਂ ਤਾਂ ਮੰਗ ਸਕਦੇ ਜੇ ਕੋਈ ਸਾਡੀ ਮਦਦ ਕਰ ਸਕੇ।